ਮੰਗਲ ਸਿਪਾਹੀ ਹਰਦੇਵ ਸਿੰਘ ਲਾਡੀ ਹਰਦੇਵਪੁਰ ਦੇ ਸਾਰੇ ਕੌਂਸਲਰ ਸਾਹਿਬਾਨ ਉਹਨਾਂ ਅੱਗੇ ਮੁਆਫੀ ਚਾਹੁੰਦਾ ਕਿਉਂਕਿ ਨਾਵਾਂ ਦੀ ਤਫਸੀਲ ਸਰਕਾਰ ਸਰਕਾਰ ਆਊਗੀ ਤਾਂ ਸਮਾਜ ਮੰਤਰਾਂ ਨੂੰ ਲਾਗੂ ਕਰਾਂਗੇ। ਪੰਚਾਇਤ ਦੇ ਮੈਂਬਰ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, ਉਹਦੇ ਲਈ ਅੱਜ ਅਸੀਂ ਪਾਰਟੀ ਬੁਲਾ ਅੱਛਾ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਬੜੀ ਪਾਰਟੀ ਕਾਂਗਰਸ ਪਾਰਟੀ ਏਕਾ ਇਸ ਸੰਬੰਧ 'ਚ ਧਰਨਾ ਦਿੱਤਾ ਗਿਆ ਜੀ। ਅੱਜ ਜਿਹੜਾ ਧਰਨਾ 17 ਤਰੀਕ ਨੂੰ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਪੂਰੇ ਪੰਜਾਬ 'ਚ ਸਬ ਡਿਵੀਜ਼ਨਾਂ ਦੇ ਧਰਨੇ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ। ਸਾਡੇ ਜਲੰਧਰ ਦਾ ਧਰਨਾ 17 ਤਰੀਕ ਨੂੰ ਮੁਲਤਵੀ ਕਰਨਾ ਪਿਆ ਕਿਉਂਕਿ ਸਾਡੇ ਬਾਬਾ ਸੋਢਲ ਜੀ ਦਾ ਮੇਲਾ ਸੀ ਜਲੰਧਰ 'ਚ, ਸਰਕਾਰੀ ਛੁੱਟੀ ਸੀ, ਇਸ ਲਈ ਅਸੀਂ ਧਰਨਾ 19 ਤਰੀਕ ਦਾ ਜਲੰਧਰ ਜ਼ਿਲ੍ਹੇ ਦਾ ਲਿਖਿਆ ਅਤੇ ਅੱਜ ਸ਼ਾਹਕੋਟ ਸਬ ਡਿਵੀਜ਼ਨ 'ਚ ਦੇ ਸਾਹਮਣੇ ਅਸੀਂ ਜਿਹੜਾ DSP ਦਫ਼ਤਰ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਧਰਨਾ ਲਾਇਆ। ਅੱਜ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨਾਂ ਨੇ ਆ ਕੇ, ਉਹ ਸਾਡੇ ਸਾਥੀ CPI ਦੇ ਵਿੱਚ ਸਾਡੇ ਨਾਲ ਹਮੇਸ਼ਾ ਚੱਲਦੇ ਆ, ਉਹ ਵੀ ਸਾਥੀ ਆਏ ਅਤੇ ਆ ਕੇ ਅਸੀਂ ਇਹ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਦੁੱਖ ਤਕਲੀਫਾਂ, ਜੋ ਲਾਅ ਐਂਡ ਆਰਡਰ ਦੀ ਅੱਜ ਕਾਨੂੰਨ ਵਿਵਸਥਾ ਜਿਹੜੀ ਅੱਜ ਢਹਿ ਢੇਰੀ ਹੋਈ ਪਈ ਆ, ਦਿਨ ਦਿਹਾੜੇ ਡਕੈਤੀਆਂ ਹੋ ਰਹੀਆਂ, ਫਰੋਤੀਆਂ ਮੰਗੀਆਂ ਜਾ ਰਹੀਆਂ, ਗੋਲੀਆਂ ਨਾਲ ਬੰਦੇ ਮਾਰੇ ਜਾ ਰਹੇ ਆ, ਉਹਦੇ ਲਈ ਅੱਜ ਉਹਦੇ ਵਰਖਿਲਾਫ਼ ਅਸੀਂ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੂੰ ਜਗਾਉਣ ਲਈ ਇਹ ਧਰਨਾ। ਠੀਕ ਹੈ ਜੀ, ਅਤੇ ਹੋਰ ਸਰ ਅੱਗੇ ਆਪਣਾ ਕੀ ਪ੍ਰੋਗਰਾਮ ਆ? ਅੱਗੇ ਅਸੀਂ ਅੱਜ ਇਹ ਮੰਗ ਪੱਤਰ ਵੀ ਦਿੱਤਾ, ਠੀਕ ਹੈ ਜੀ, ਡਿਪਟੀ ਸਾਹਿਬ ਨੂੰ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਜ਼ਰੂਰ ਆਪਣੇ ਵਰਕਰ ਸਾਹਿਬਾਨਾਂ ਦਾ ਵੀ ਇਹੋ ਗੱਲ ਸੀ ਵੀ ਧਰਨੇ ਸਾਨੂੰ ਪਹਿਲਾਂ ਲਾਉਣੇ ਚਾਹੀਦੇ ਸੀ, ਅੱਜ ਲਾਏ ਆ ਅਤੇ ਅਸੀਂ ਦੇਖੋ ਵਰਕਰਾਂ ਦੇ ਵਿੱਚ ਤੁਸੀਂ ਉਤਸ਼ਾਹ ਵੇਖ ਰਹੇ ਸੀ ਕਿਉਂਕਿ ਵਰਕਰ ਜਿਹੜੇ ਆ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ, ਉਹ ਕਾਂਗਰਸ ਦੀਆਂ ਨੀਤੀਆਂ ਤੋਂ ਹਮੇਸ਼ਾ ਪ੍ਰਭਾਵਿਤ ਆ ਅਤੇ ਉਹ ਕਾਂਗਰਸ ਨੀਤੀਆਂ ਨੂੰ ਹਮੇਸ਼ਾ ਉਹ ਸਵੀਕਾਰ ਕਰਦੇ ਆ ਅਤੇ ਅੱਜ ਉਹਨਾਂ ਤੋਂ ਲੋਕ ਜਿਹੜਾ ਲੋਕਾਂ ਦੇ ਵਿੱਚ ਇੱਕ ਬਦਲਾਅ ਦੇ ਨਾਂ 'ਤੇ ਸਰਕਾਰ ਬਣੀ ਸੀ, ਉਹਨਾਂ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਆ ਅਤੇ ਲੋਕ ਅੱਜ ਤਾਂ ਇਸ ਕਰਕੇ ਇੰਨੇ ਮੀਂਹ ਪੈਂਦੇ ਦੇ ਵਿੱਚ ਵੀ ਪਹੁੰਚੇ ਆ ਅਤੇ ਇਹ ਤੋਂ ਸੰਕੇਤ ਤੁਹਾਨੂੰ ਆਪਣੇ ਆਪ ਤੁਸੀਂ ਪ੍ਰੈਸ ਵਾਲੇ ਵੀਰਾਂ ਬਹੁਤ ਸਿਆਣੇ ਆ ਕਿਉਂਕਿ ਤੁਹਾਡੀ ਇੱਕ ਅੱਖ ਤੇਜ਼ ਹੁੰਦੀ, ਸਾਡੇ ਨਾਲ ਸੋਚ ਵੀ ਥੋੜ੍ਹੀ ਜਿਹੀ ਐਡਵਾਂਸ ਹੁੰਦੀ ਆ, ਤੁਸੀਂ ਆਪੇ ਉਹਦਾ ਅਨੁਭਵ ਲਾ ਲੈਣਾ। ਸੋ ਮੈਂ ਕਹਿਣਾ ਚਾਹੂੰਗਾ ਵੀ ਸ਼ਾਹਕੋਟ ਹਲਕਾ ਕਾਂਗਰਸ ਪਾਰਟੀ ਲਈ ਮੇਰੀ ਫਰਜ਼ ਬਣਦਾ ਬਤੌਰ MLA ਬਤੌਰ ਜ਼ਿਲ੍ਹਾ ਪ੍ਰਧਾਨ ਵੀ ਇੱਥੇ ਆਪਣੇ ਵਰਕਰ ਨੂੰ ਕਿਸੇ ਨੂੰ ਆਂਚ ਨਹੀਂ ਆਉਣ ਦਊਂਗਾ, ਉਹਨਾਂ ਲਈ ਹਮੇਸ਼ਾ ਰਾਤ ਦਿਨ ਲੜਾਈ ਲੜੂੰਗਾ ਔਰ ਉਹਨਾਂ ਨੂੰ ਹਰ ਲੜਾਈ ਦੇ ਵਿੱਚ, ਚਾਹੇ ਕੋਈ ਪੰਚਾਇਤੀ ਇਲੈਕਸ਼ਨਾਂ ਹੋਣ, ਚਾਹੇ ਜ਼ਿਲ੍ਹਾ ਪ੍ਰੀਸ਼ਦ, ਚਾਹੇ ਸੰਮਤੀ ਇਲੈਕਸ਼ਨਾਂ ਹੋਣ, ਹਰ ਲੜਾਈ ਅਸੀਂ ਜਿੱਤ ਕੇ ਅਤੇ ਕਾਂਗਰਸ ਪਾਰਟੀ ਨੂੰ ਉੱਥੋਂ ਮਜ਼ਬੂਤ ਕਰਾਂਗੇ ਆਉਣ ਵਾਲੇ ਸਮੇਂ। ਠੀਕ ਹੈ।